बाई हुण दा नाम हरदीप सिंह धालीवाल पिंड चंगन तो इन्होंने ट्रैक्टर लिया 5075 एसी कैबन बहुत वधिया ट्रैक्टर आ रिव्यू कीता आपां इहदा ते शुरू तो लैके एंड तक वीडियो च बने रहो जे बाई जिवें मैं वीडियो दे विच गल कर रहा सी कि शौकी सरदार ते इहदा मतलब असीं कह सकदे हां कि तुहानूं पूरा शौक आ खेतीबाड़ी दा। हाँ जी बिल्कुल जी। किन्ने बाई किन्ना तुसीं किन्नी खेतीबाड़ी करदे हो, किन्ने वाहन तुहाडे कोले आपदा हैगा जां? अपने हैगा जी, अपना आपदा भी जमीन हैगी, नाल पहोर भी करदे आ, अपने घरदियां दी भी आपां 100 किले दे नेड़े करदे आ खेती। ठीक है भाई। ते भाई जिवें आपां देखिया एसी कैबन ट्रैक्टर है ना, ते कमियां भी बड़ियां वधिया, ते इह की कंसैप्ट आया भी आपां यार एसी कैबन ही लैणा जां आपां ट्रैक्टर वड्डे ट्रैक्टर 4x4 लैणे आ? इदां सीगा जी, अपने पहलां बजुर्ग जुड़े होए सीगे खेती नाल, उहनां ने जो पहलां पुराणे गड्डियां नाल कीतियां ने जी, फिर उहनां ट्रैक्टर भी लाया आपणे समें च, ते ਬਹੁਤ ਟਾਈਮ ਬਦਲਦਾ ਜਾਂਦਾ, ਹੁਣ ਵੱਡੇ ਸੰਦ ਆਈ ਜਾਂਦੇ ਆ, ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਮੋਡਰਨਾਈਜੇਸ਼ਨ ਹੁੰਦੀ। ਹਾਂਜੀ, ਮੋਡਰਨ ਜਿਵੇਂ ਹੋ ਗਿਆ ਤਾਂ ਉਹਨੂੰ ਹੀ ਆਪਾਂ ਚੇਂਜ ਕਰ ਲਿਆ ਜੀ ਆਪਦਾ। ਠੀਕ, ਆਪਦੀ ਕਦਰ ਆਪਾਂ ਇਹ ਲੈ ਲਏ ਜੀ। ਠੀਕ ਹੈ। ਤੇ ਬਾਈ ਫਿਰ ਐਂ ਕਰਦੇ ਹੋ ਖੇਤੀ? ਐਂ ਕਰੀਦੀ ਹੈ ਜੀ, ਇਹਦੇ ਨਾਲ ਬੂਟ ਪਾ ਕੇ ਐਨਕਾ ਲਾ ਕੇ। ਸ਼ੌਂਕ ਹੀ ਆ ਜੀ ਆਪਾਂ ਨੂੰ ਖੇਤੀ ਕਰਨ ਦਾ, ਨਾਲ ਆਪਣਾ ਹੋਰ ਕੰਮ ਕਰ ਹੁੰਦਾ, ਫਿਰ ਵਿੱਚ ਟਾਈਮ ਕੱਢ ਕੇ ਫਿਰ ਕਰੀਦੀ ਹੈ ਜੀ। ਅੱਛਾ ਜੀ, ਜਿਵੇਂ ਤੁਸੀਂ ਦੱਸ ਰਹੇ ਪੰਪ ਵੀ ਆਉਂਦਾ। ਹਾਂਜੀ। ਤੇ ਫਿਰ ਐਂ ਏਸੀ ਕੈਬਨ ਦੇ ਵਿੱਚ ਬਹਿ ਕੇ ਤੇ ਬੌਂਡੇ ਹੋਵਣ? ਹਾਂਜੀ ਹਾਂਜੀ, ਵਧੀਆ ਚੀਜ਼ ਆ, ਬਹੁਤ ਵਧੀਆ ਚੀਜ਼ ਆ ਜੀ। ਕਿਉਂਕਿ ਬਈ ਅਸਲ ਨਾ ਮੈਂ ਇਹ ਚੀਜ਼ ਦੇਖੀ ਆ ਕਿ ਲੋਕੀ ਸ਼ਾਇਦ ਕਈ ਵਾਰੀ ਐਂ ਕਰਨ ਲੱਗ ਪੈਂਦੇ ਆ ਕਿ ਯਾਰ ਏਸੀ ਵਾਲੇ ਦਾ ਕੋਈ ਫਾਇਦਾ ਨਹੀਂ ਹੈਗਾ। ਹੋ ਸਕਦਾ ਕਿ ਉਹ ਗੱਲ ਜਿਵੇਂ ਸਿਆਣੇ ਨੇ ਕਹੀ ਆ, ਹੱਥ ਨਾ ਪਹੁੰਚੇ ਥੂ ਕੌੜੀ, ਸ਼ਾਇਦ ਕਈ ਵਾਰੀ ਇਹ ਗੱਲ ਹੋਈ ਬਣ ਜਾਂਦੀ ਹੈ ਨਾ, ਕਿਉਂਕਿ ਕਈ ਲੋਕੀ ਜਿਹੜੇ ਤਰਕ ਦੇਣ ਲੱਗ ਪੈਂਦੇ ਆ, ਨਹੀਂ ਯਾਰ ਏਸੀ ਦਾ ਤਾਂ ਕੋਈ ਫਾਇਦਾ ਨਹੀਂ, ਏਸੀ ਨਾਲ ਐਂ ਹੋਣ ਲੱਗ ਪੈਂਦਾ, ਏਸੀ ਦੇ ਵਿੱਚ ਤਾਂ ਆਪਾਂ ਨੂੰ ਪਤਾ ਨਹੀਂ ਲੱਗਣਾ ਕਿ ਪਿੱਛੇ ਕੀ ਹੋਈ ਜਾਂਦਾ, ਆਪਾਂ ਨੂੰ ਕੋਈ ਆਵਾਜ਼ ਨਹੀਂ ਸੁਣਨੀ, ਏਦਾਂ ਦੀਆਂ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਬਈ? ਨਹੀਂ ਜੀ, ਮੈਂ ਤਾਂ ਮੇਰੇ ਹਿਸਾਬ ਨਾਲ ਤਾਂ ਕੁਛ ਨਹੀਂ ਹੁੰਦਾ, ਬਹੁਤ ਵਧੀਆ ਲੱਗਿਆ ਮੈਨੂੰ ਤਾਂ ਇਹ। ਆਪਾਂ ਤਿਆਰ ਹੋ ਕੇ ਆਉਂਦੇ ਹਾਂ ਤੇ ਕੰਮ ਵੀ ਕਰ ਸਕਦੇ ਹਾਂ ਨਾਲ, ਨਾਲ ਆਪਦੀ ਖੇਤੀ ਵੀ ਕਰ ਸਕਦੇ ਹਾਂ, ਤੇ ਕੋਈ ਮਿੱਟੀ ਨਹੀਂ ਘਟਾ ਨਹੀਂ ਨਾ ਗਰਮੀ ਹੈ ਜੀ, ਔਰ ਜਿਹੜੀ ਚੀਜ਼ ਵਧੀਆ ਤਾਂ ਫਾਇਦਾ ਤਾਂ ਬਹੁਤ ਹੈਗਾ ਇਹਦਾ, ਮੈਨੂੰ ਤਾਂ ਬੜਾ ਸੌਖਾ ਲੱਗਿਆ ਇਹਦੇ ਵਿੱਚ। ਅੱਛਾ, ਬੰਦਾ ਆਰਾਮ ਨਾਲ ਸੌਖਾ ਬਹਿੰਦਾ ਜੀ। ਤੇ ਏਸੀ ਕਿਵੇਂ ਵਰਕ ਕਰਦਾ ਬਈ? ਬਹੁਤ ਵਧੀਆ ਜੀ, ਸਾਊਂਡ ਨੋਇਸ ਕੈਂਸਲੇਸ਼ਨ ਹੈਗੀ ਵਧੀਆ, ਸਾਊਂਡ ਤਾਂ ਬਹੁਤ ਹੀ ਮਿਨੀਮਮ ਜੀ ਆਉਂਦੀ ਹੈ ਜੀ ਵਿੱਚ, ਇਹਦੇ ਪਤਾ ਹੀ ਨਹੀਂ ਲੱਗਦਾ ਕੁਝ ਟਰੈਕਟਰ ਚਲਾਉਂਦੇ ਆ ਜਾਂ ਗੱਡੀ 'ਚ ਬੈਠੇ ਆ। ਵਧੀਆ ਚੀਜ਼ ਹੈ ਜੀ ਆਪਦੀ ਖੇਤੀ ਕਰਨ ਦੀ ਖਾਤਰ, ਆਪਾਂ ਆਪ ਖੇਤੀ ਕਰਦੇ ਆਪਾਂ ਆਪ ਹੀ ਚਲਾਉਣਾ ਹੁੰਦਾ ਸਾਰਾ ਕੁਝ, ਉਹਦੇ ਲਈ ਬਹੁਤ ਵਧੀਆ। ਦੇਖੀਏ ਆਪਾਂ। ਹਾਂਜੀ ਹਾਂਜੀ, ਇਹਨੂੰ ਵਿੱਚੋਂ ਖੋਲ ਕੇ ਖੋਲੋ ਬਈ, ਦੇਖੋ ਆ ਜਾਓ ਮਾੜਾ ਜਿਹਾ ਦਿਖਾ ਦਿਓ ਨੇੜਿਓਂ ਹੋ ਕੇ। ਹਲੇ ਵੀ ਬਾਈ ਵਿੱਚ ਕੂਲਿੰਗ ਪੂਰੀ ਹੈ, ਇਹਦੇ ਹਲੇ ਵੀ ਕੂਲਿੰਗ ਪੂਰੀ ਹੈ, ਸੀਟ ਵੀ ਬੜੀ ਐਡਜਸਟ ਕਰਨਾ ਬਈ। ਕੰਪਨੀ ਨੇ ਪਹਿਲਾਂ ਨੀਚੇ ਦੇਤਾ ਇਹਨੂੰ, ਨਾਲ ਟੈਂਕ ਵੀ ਵੱਡਾ ਦੇਤਾ ਵੀ ਕਿਹੜਾ ਕਿਸਾਨ ਭਰ ਲੇ ਟੈਂਕ ਤਾਂ ਲੋਡ ਹੀ ਨਾ ਪਵੇ ਉਹਨੂੰ ਇੱਕ ਦਿਨ ਪੂਰਾ। ਨਾ 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 ਵੀਰੇ, ਬਹੁਤ ਉੱਚਾ ਗਰਾਊਂਡ ਕਲੀਅਰੈਂਸ ਨਾਲ ਉੱਪਰ ਕਰਕੇ ਲਾਇਆ ਉਹਨਾਂ ਨੇ ਟਰੈਕਟਰ, ਤੁਸੀਂ ਦੇਖੋ ਹਿੱਸਾ ਉਹਨਾਂ ਨਾਲ ਉੱਪਰ ਕਰਕੇ ਲਾਇਆ ਹੋਇਆ। ਠੀਕ ਹੈ, ਇਹਦੇ ਚ ਹੋਰ ਕੀ ਫਰਕ ਹੈ ਬਈ ਦੂਸਰੇ ਟਰੈਕਟਰਾਂ ਨਾਲੋਂ? ਜਿਵੇਂ ਦੂਜੇ ਨਾਲੋਂ, ਹਾਂਜੀ ਵੀਰ, ਪਹਿਲਾਂ ਹੁੰਦੇ ਸੀ ਇਲ ਲਾਈਨ ਪੰਪ ਜਾਂ ਰੋਟਰੀ ਪੰਪ ਆਉਂਦੇ ਹੁੰਦੇ ਸੀਗੇ, ਉਹਨਾਂ ਦੀ ਆਪਾਂ ਨੂੰ ਰਿਪੇਅਰ ਪੈਂਦੀ ਸੀਗੀ ਹਨਾ, ਹੁਣ ਇਹ ਚ ਉਹਨਾਂ ਨੇ ਸਿੱਧਾ ਇੰਜੈਕਟਰ ਜਿਵੇਂ ਆਪਣੇ ਗੱਡੀ ਦੇ ਆਉਂਦੇ ਆ CRD ਪੰਪ ਦੇਤਾ ਉਹਨਾਂ ਨੇ, ਮਤਲਬ ਇਹ ਚ ਹੁਣ 75 ਪਾਵਰ ਦਾ ਟਰੈਕਟਰ ਆ ਇਹ, ਜੇ ਆਪਾਂ 75 ਦਾ ਕੰਮ ਨਹੀਂ ਲੈਣਾ ਆਪਾਂ 60 ਦਾ ਕੰਮ ਲੈਣਾ, ਤੁਸੀਂ ਦੇਖੋ ਇਹਦੇ ਵਿੱਚ ਕੰਪਨੀ ਨੇ ਬਟਨ ਦਿੱਤਾ ਹੋਇਆ। ਆ ਜਾਓ, ਆ ਰਿਹਾ ਬਈ ਸਟੈਂਡਰਡ ਦੇਖੋ, ਜਦੋਂ ਆਪਾਂ ਸਟੈਂਡਰਡ ਦੇ ਕਰ ਦਿਆਂਗੇ ਉਹਦਾ 60 ਹਾਰਸ ਪਾਵਰ ਦਾ ਕੰਮ ਦੇਈ ਜਾਊਗਾ, ਆਪਣਾ ਫਿਊਲ ਇਫੀਸ਼ੀਐਂਸੀ ਵੀ ਵੱਧ ਜਾਂਦੀ ਆ, ਤੇਲ ਘੱਟ ਖਾਂਦਾ ਆਪਣਾ, ਜਦੋਂ ਇਕੋ ਦੇ ਕਰ ਦੋਗੇ ਫਿਰ 75 ਹਾਰਸ ਪਾਵਰ ਦਾ ਆਪਾਂ ਕੰਪ ਲੈ ਸਕਦੇ ਆ, ਨਾਲੇ ਤੇਲ ਫਿਰ ਉਹਨਾਂ ਫਿਰ ਸਿਸਟਮ ਆ ਜਾਣਾ, ਜਦੋਂ ਆਪਾਂ ਰੋਡ ਤੇ ਚਲਾਉਣਾ ਫਿਰ 60 ਦਾ ਕਰ ਲਓ। ਠੀਕ ਹੈ ਬਈ। ਹਾਂਜੀ ਹਾਂਜੀ, ਤੇ ਆ ਬਾਕੀ ਸਾਰੀਆਂ ਲਾਈਟਾਂ ਲੂਟਰ ਦੇ ਦਿੱਤੇ ਹੋਏ? ਹਾਂ, ਇਹ ਜਿਵੇਂ ਆਪਣੇ ਵਾਈਪਰ ਦੇ ਹੋਗੇ ਬਈ, ਫਰੰਟ ਵਾਲਾ ਵਾਈਪਰ, ਬੈਕ ਦਾ, ਤੇ ਵਾਈਪਰ ਉਹ ਜਿਹੜਾ ਬਈ ਉਹ ਪਾਣੀ ਦਿੰਦੇ ਆ ਉਹ ਉੱਪਰ? ਹਾਂਜੀ ਹਾਂਜੀ, ਆ ਲੱਗੀ ਦੀ ਮੋਟਰ। ਉਹਦੀ ਟੈਂਕੀ ਕਿੱਥੇ ਦਿੱਤੀ ਹੋਈ ਬਈ? ਇਹਦੀ ਟੈਂਕੀ ਵੀਰੇ ਪਿੱਛੇ।
पार्किंग खाली हुई पे कोई नहीं है सीधा खोल के कंपनी आपे कर सकते हैं सिस्टम सारे दूजे ट्रैक्टर बनते रही है माइक्रो फाइबर प्लास्टिक पूरी अपने लोहे भी ज्यादा ताकत ना गल ना करने ही रहने 100 साल बाद भी इधर पेंट डल पैंदा रंग बार करना थले करना बार अंदर दूर नेड़े भी हो जाता अगे पिछे भी हो जाता सारे पासे भाई अगले तवे पिछले तवे च फर्क है ਅਗਲੇ ਤਵੇ ਅਲੱਗ ਤਰ੍ਹਾਂ ਦੇ ਤੇ ਪਿਛਲੇ ਅਲੱਗ ਤਰ੍ਹਾਂ ਦੇ ਹਨਾ ਹਾਂਜੀ ਹਾਂਜੀ ਉਹ ਵੱਢਦੇ ਆ ਮੂਰੇ ਇਹ ਕਿੱਥੋਂ ਬਣਵਾਈਆਂ ਬਈ ਤਵੀਆਂ ਇਹ ਸੰਗਰੀਏ ਤੋਂ ਜੀ ਬਣੀਆਂ ਬਣਾਈਆਂ ਹੁੰਦੀਆਂ ਕਿ ਬਣੀਆਂ ਬਣਾਈਆਂ ਹੀ ਲਈਆਂ ਜੀ ਉਹਨਾਂ ਨੂੰ ਆਰਡਰ ਤੇ ਦਿੱਤੇ ਆਏ ਸੀਗੇ ਜਾ ਕੇ ਪਹਿਲਾਂ ਠੀਕ ਹੈ ਵਧੀਆ ਬਣਾਈਆਂ ਬਹੁਤ ਵਧੀਆ ਬਣਨਾ ਸੰਦ ਆ ਜੀ ਆਪਾਂ ਸਾਰੇ ਤਕਰੀਬਨ ਉਹਨਾਂ ਦੀ ਆ ਬੜਾ ਹੈਵੀ ਹੈਵੀ ਚੀਜ਼ ਲੱਗਦੀ ਬਹੁਤ ਹੈਵੀ ਆ ਜੀ ਤੇ ਟਾਇਰ ਵੀ ਬਈ ਬੜੇ ਵਧੀਆ ਸੀ ਹੈਗਾ ਜਿਵੇਂ ਵੱਡੇ ਵੱਡੇ ਚੌਕੇ ਟਾਇਰ ਆ ਨਾ ਹਾਂਜੀ ਹਾਂਜੀ ਕਿ ਅੱਜ ਕੱਲ ਜਿਵੇਂ ਟਰੈਕਟਰਾਂ ਨੂੰ ਪਾਉਂਦੇ ਓਡੇ ਟਾਇਰ ਆ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਸੰਦ ਬਣਿਆ ਹੋਇਆ ਜੀ ਨਾ ਬਹੁਤ ਹੈਵੀ ਆ ਇਹ ਬਿਲਕੁਲ ਨੀਚੇ ਚਲੇ ਜਾਂਦੇ ਟ੍ਰੈਕਟਰ ਦਾ ਜਾਨ ਚਾਹੀਦੇ ਖਿੱਚਣ ਨੂੰ ਅੱਛਾ ਹਾਂਜੀ ਜਿੰਨੀ ਮਰਜ਼ੀ ਐਡਜਸਟਮੈਂਟ ਉੱਥੇ ਹੀ ਹੋਗੀ ਟ੍ਰੈਕਟਰ ਦੀ ਸਾਰੀ ਹੋ ਜਾਂਦੀ ਹੈ ਜੀ ਤੇ ਇਹ ਸੇਮ ਹੀ ਉਹਦੇ ਆ ਸੇਮ ਹੀ ਜੀ ਸੇਮ ਹਾਂਜੀ ਤੇ ਬਈ ਮੈਂ ਤੁਹਾਨੂੰ ਇਹ ਚੀਜ਼ ਪੁੱਛਣੀ ਸੀ ਤੇਲ ਦਾ ਫਰਕ ਨਹੀਂ ਪੈਂਦਾ ਯਾਰ ਜਿਵੇਂ ਤੁਹਾਡੇ ਕੋਲੇ ਦੋ ਟ੍ਰੈਕਟਰ ਆ ਇੱਕ ਵਾਰੀ ਤੁਸੀਂ ਇੱਕ ਮੈਸੀ ਤੇ ਲਾਉਨੇ ਹੋ ਜਾਂ ਦੂਜੇ ਤੇ ਲਾਉਨੇ ਹੋ ਤੇਲ ਦਾ ਲਿਫਟ ਵਾਲੇ ਤੇਲ ਦਾ ਫਰਕ ਨਹੀਂ ਪੈਂਦਾ ਕਿਉਂਕਿ ਨਹੀਂ ਇਹਨਾਂ ਦੀ ਨਾ ਹੁਣ ਤੇਲ ਮੈਂ ਆਪਾਂ ਆਪ ਦਾ ਚੇਂਜ ਕਰਕੇ ਉਹਦੇ ਵਿੱਚ ਵੀ ਵਧੀਆ ਹੀ ਪਾਇਆ ਹੋਇਆ ਵਾ ਉਹਨਾਂ ਸੇਮ ਹੀ ਚੱਲਦਾ ਜੀ ਹੁਣ ਆਪਣਾ ਤੇਲ ਅੱਛਾ ਇਹ ਮੰਗਣੀ ਤਾਂ ਫਿਰ ਕੋਈ ਨਹੀਂ ਆਪਾਂ ਮੰਗਣੀ ਕਿਹਨੇ ਕਾਦੀ ਲੈ ਕੇ ਜਾਣੀ ਹਾਂਜੀ ਹਾਂਜੀ ਕਹਿੰਦੇ ਨਾ ਸੰਦ ਵੀ ਬਾਈ ਨੇ ਇਦਾਂ ਦੇ ਬਣਾਏ ਆ ਕਿ ਜੇ ਕੋਈ ਮੰਗਣ ਆ ਗਿਆ ਉਹਨੂੰ ਕਦੇ ਨਾ ਨਾ ਕੀਤੀ ਜਾਵੇ ਲੈ ਜਾ ਯਾਰ ਕੋਈ ਚੱਕਰ ਨਹੀਂ ਹੈਨਾ ਕੋਈ ਤਵੀਆਂ ਮੰਗਣਾ ਉਹਨੂੰ ਕਿ ਲੈ ਜਾ ਯਾਰ ਕੋਈ ਗੱਲ ਨਹੀਂ ਤੇ ਕਿੰਨਾ ਕੁ ਬਾਈ ਫਰਕ ਲੱਗਾ ਤੁਹਾਨੂੰ ਜੌਂਡੀਅਰ ਚਲਾਉਣ ਚ ਤੇ ਮੈਸੀ ਚਲਾਉਣ ਚ ਫਰਕ ਕੀ ਆ ਕਾਫੀ ਫਰਕ ਆ ਜੀ ਟਰੈਕਟਰਾਂ ਦਾ ਤਾਂ ਉਹਦੇ ਤੇ ਫੌਕ ਬੜਾ ਆ ਉਹਦੇ ਵਿੱਚ ਤਾਂ ਅੱਛਾ ਬਸ ਫੌਕ ਨੂੰ ਹੀ ਲਿਆ ਉਹ ਤਾਂ ਅੱਛਾ ਹਾਂਜੀ ਤੇ ਤੇਲ ਖਰਚਾ ਤੇਲ ਖਰਚਾ ਤਾਂ ਹੈਗਾ ਜੀ ਵਾਧੇ ਦੇ ਨਾਲ ਡਬਲ ਹੀ ਆ ਕਿ ਤੇਲ ਖਰਚਾ ਤਾਂ ਨਹੀਂ ਪਰਵਾਹ ਕਰਦੇ ਵੀ ਕੋਈ ਗੱਲ ਨਹੀਂ ਪੰਪ ਆਪਦਾ ਹੈਨਾ ਪੰਪ ਆਪਦਾ ਚਲੋ ਤੇਲ ਦੇ ਤਾਂ ਕੋਈ ਚੱਕਰ ਨਹੀਂ ਤੇਲ ਤਾਂ ਲਾਓ ਚਲੋ ਜਿਹੜਾ ਕੰਮ ਉਹਦੇ ਕੰਮ ਵੀ ਕਰਦੇ ਆ ਜੀ ਫਿਰ ਠੀਕ ਹੈ ਟਰੈਕਟਰ ਇਹ ਵੀ ਬਹੁਤ ਵਧੀਆ ਹੈ ਜਾਣ ਕੇ ਤੇ ਬਾਈ ਹੁਣ ਦੱਸ ਰਿਹਾ ਸੀ ਜਾਣ ਕੇ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਹੈਨਾ ਬਹੁਤ ਵਧੀਆ ਜੀ ਇਹ ਵੀ 4x4 ਹਾਂਜੀ ਕੰਮ ਇਹ ਪੂਰਾ ਕਰਦਾ ਜੀ ਇਹ ਤਾਂ ਬਰਾਬਰ ਦਾ ਹੀ ਕੰਮ ਕਰਦਾ ਕੰਮ ਨਹੀਂ ਘੱਟ ਕਰਦਾ ਅੱਛਾ ਕੰਮ ਨਹੀਂ ਬਸ ਇੱਕ ਇਹੋ ਹੀ ਫਰਕ ਆ ਵੀ ਇੱਕ ਜਿਹੜਾ ਏਸੀ ਕੈਬਨ ਬਸ ਉਸ ਕੈਬਨ ਕਰਕੇ ਹੀ ਹੈ ਜੀ ਉਹ ਕੈਬਨ ਕਰਕੇ ਠੀਕ ਆ ਚੱਲ ਠੀਕ ਹੈ ਬਈ ਬਈ ਟਰੈਕਟਰ ਤਾਂ ਜਿਵੇਂ ਆਪਾਂ ਦੇਖ ਲਿਆ ਸਾਰਾ ਹਨਾ ਦੋਵੇਂ ਟਰੈਕਟਰ ਵੀ ਤੁਹਾਡੇ ਕੋਲੇ ਸ਼ਾਨਦਾਰ ਆ ਪੂਰੇ ਜਿਵੇਂ ਤੁਸੀਂ ਦੱਸਿਆ ਵੀ ਸੂਟ ਬੂਟ ਪਾ ਕੇ ਤੁਸੀਂ ਸਾਰੀ ਖੇਤੀ ਕਰਦੇ ਹੋ ਵਧੀਆ ਗੱਲ ਆ ਹੋ ਸਕਦਾ ਕਿ ਤੁਹਾਨੂੰ ਦੇਖ ਕੇ ਹੋਰ 10 ਬੰਦੇ ਜਿਹੜੇ ਇਹ ਚੀਜ਼ ਨੂੰ ਅਪਣਾਉਣ ਹਨਾ ਕਿ ਸ਼ੌਕ ਨਾਲ ਚੀਜ਼ ਕਰਨ ਦਾ ਜਿਹੜਾ ਬਈ ਮਜਬੂਰੀ ਤੇ ਇੱਕ ਸ਼ੌਕ ਹਨਾ ਇਹ ਚੀਜ਼ 'ਚ ਫਰਕ ਬੜਾ ਇਹ ਨਹੀਂ ਮੈਂ ਕਹਿ ਸਕਦਾ ਕਿ ਆਪਦੀ ਪਹੁੰਚ ਹੁੰਦੀ ਆ ਹਨਾ ਹਰ ਕੋਈ ਨਹੀਂ ਰੱਖ ਸਕਦਾ ਏਸੀ ਕੈਬਨ ਵਾਲੇ ਟਰੈਕਟਰ ਪਰ ਜਿਹਨੂੰ ਸ਼ੌਕ ਹੈਗਾ ਉਹ ਕਰ ਸਕਦਾ ਇਹ ਚੀਜ਼ ਇਹ ਨਹੀਂ ਵੀ ਆਪਾਂ ਉਹਨੂੰ ਅਵਾਇਡ ਨਹੀਂ ਕਰ ਸਕਦੇ ਉਸ ਚੀਜ਼ ਨੂੰ ਇਹ ਜਿਵੇਂ ਮੈਂ ਦੇਖਿਆ ਗੱਡੀ ਵੀ ਤੁਸੀਂ ਵਧੀਆ ਫੋਰਚੂਨਰ ਰੱਖੀ ਹੋਈ ਆ ਸਾਰੀਆਂ ਜਿਹੜੀਆਂ ਨਿਆ ਬਦਲਾ ਮੈਨੂੰ ਲੱਗਦਾ ਸਿੱਧੇ ਪੰਪ ਉਹ ਬਾਈ ਦਾ ਸਾਹਮਣੇ ਦਿਸਦਾ ਸਿੱਧੀਆਂ ਉੱਥੇ ਹੀ ਲੱਗੀਆਂ ਹਨਾ ਤਾਂ ਹੀ ਸਾਰੇ ਸੰਦ ਵੱਡੇ ਆ
ਬਸ ਇਹ ਵੀ ਸ਼ੌਂਕ ਹੀ ਹੁੰਦਾ ਆਪਦਾ ਵਧੀਆ ਰੱਖੀ ਆ ਜੀ ਆਉਣ ਜਾਣ ਠੀਕ ਆ ਜੀ ਆਪਦੇ ਲਈ ਵੀ ਆਏ ਆ ਬਾਈ ਨੇ ਬਾਈ ਹੁਣੇ ਜਿਵੇਂ ਵੀ ਇਹ ਆ ਵੀ ਮੇਰੇ ਅਰਗੇ ਨੇ ਜੇ ਕਹਿਣਾ ਯਾਰ ਬਾਈ ਟਰੈਕਟਰ ਦੇ ਦੇ ਯਾਰ ਜੌਂਡੀਅਰ ਹਨਾ ਵੀ ਅੱਜ ਦੋ ਖੱਤੇ ਵਾਲ ਗਏ ਇਹਨੇ ਕਹਿਣਾ ਲੈ ਜਾ ਇੱਕ ਵਾਰੀ ਬੰਦਾ ਮੰਗੂਗਾ ਦੂਜੀ ਵਾਰੀ ਬੰਦਾ ਮੂੰਹ ਨਹੀਂ ਕਰਦਾ ਜਦੋਂ ਇਹਨੇ ਘੁੱਟਾਂ ਭਰੀਆਂ ਤੇ ਦੂਜਾ ਵੀ ਸੇਮ ਇਹੀ ਆ ਜੇ ਕਹਿੰਦੇ ਬਾਈ ਗੱਡੀ ਦੀ ਲੋੜ ਪੈ ਗਈ ਗੱਡੀ ਵੀ ਬੰਦੇ ਨੇ ਜੇ ਐਂ ਕਹਤੇ ਯਾਰ ਬਾਈ ਗੱਡੀ ਚਾਹੀਦੀ ਆ ਫੋਰਚੂਨਰ ਲੈ ਜਾਂਦਾ ਬਾਈ ਇਹ ਚ ਤੇਲ ਪੂਰਾ ਕਰਨਾ ਬੜਾ ਔਖਾ ਹੋ ਜਾਂਦਾ ਨਹੀਂ ਠੀਕ ਆ ਜੀ ਬਸ ਚੱਲੀ ਜਾਂਦਾ ਇਦਾਂ ਹੀ ਚਲੋ ਠੀਕ ਹੈ ਬਾਈ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜਿਹੜਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ ਤੇ ਹੋਪ ਸੋ ਅਸੀਂ ਇਹੀ ਦੁਆ ਕਰਦੇ ਹਾਂ ਕਿ ਵਧੀਆ ਤੁਸੀਂ ਆਹੀ ਖੇਤੀਬਾੜੀ ਨਾਲ ਆਪਦੀ ਜੜ੍ਹਾਂ ਨਾਲ ਜੁੜੇ ਰਹੋ ਜਿਵੇਂ ਤੁਸੀਂ ਖੇਤੀਬਾੜੀ ਕਰ ਰਹੇ ਹੋ ਤੇ ਜਿਹੜੇ ਤੁਸੀਂ ਸੰਦ ਰੱਖੇ ਆ ਬਹੁਤ ਹੀ ਵਧੀਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਓਕੇ ਥੈਂਕ ਯੂ।